ਤਿਆਰ ਕਰਕੇ ਇੱਥੇ ਮੌਕਾ ਦੇਖਣ ਦੀ ਬਜਾਏ ਪਹਿਲੀ ਆ ਜੀ, ਪਹਿਲੀ ਕੋਈ ਪ੍ਰਬੰਧ ਮੈਂ ਤਾਂ ਹੀ ਅੱਜ ਸਟੇਜ ਪਹੁੰਚੇ ਕਿ ਬੋਰੀਆਂ ਦਾ ਖਾਸ ਤੌਰ 'ਤੇ ਬੰਨ ਜਿਹੜੇ ਮੌਜੂਦ ਇੰਨੇ ਹੋਣਗੇ, ਮਤਲਬ ਕਈ ਵਾਰੀ ਇੰਚਸ 'ਤੇ ਹੀ ਲੰਘ ਜਾਂਦਾ, ਇੰਚਸ 'ਤੇ ਬਿਲਕੁਲ 5-7 ਇੰਚ ਹੋਰ ਹੋ ਜਾਂਦਾ ਤਾਂ ਮਾਰੇ ਗਏ ਸੀ, 5-7 ਇੰਚ ਥੱਲੇ ਰਹਿ ਗਿਆ ਜਾਂ ਬੋਰੀਆਂ ਵਧੀਆ ਲੱਗੀਆਂ ਹੋਈਆਂ ਸੀ। ਮੈਨੂੰ ਪਤਾ ਮੈਂ ਜਦੋਂ MP ਸੀਗਾ ਉਦੋਂ ਵੀ ਕਈ ਵਾਰੀ ਟੁਹਾਣੇ ਤੋਂ ਬੋਰੀਆਂ ਦਾ ਇੰਤਜ਼ਾਮ ਕਰਦੇ, ਕਈ ਵਾਰੀ ਕਹਿੰਦੇ JCB ਜਿਹੜੀ ਉੱਥੇ ਚੱਲਦੀ ਹੈ ਪਰਲੇ ਪਾਸੇ ਉਹ ਪੰਚਕੂਲੇ ਤੋਂ ਮਿਲਦੀ ਹੈ। ਸੋ ਅਸੀਂ ਕਿਹਾ ਪਹਿਲਾਂ ਹੀ ਕਰੀਏ, ਉਹ ਬੂਹੇ ਆਈ ਜੰਨ ਬਿਨੋ ਕੁੜੀ ਦੇ ਕੰਨ ਉਹ ਕੰਮ ਨਹੀਂ ਕਰਨਾ ਪਹਿਲਾਂ ਹੀ, ਕਿਉਂਕਿ ਲੋਕ ਆ ਜਿਹੜੇ ਪਬਲਿਕ ਆ ਇਹਨਾਂ ਤੋਂ ਵੱਧ ਕੋਈ ਨਹੀਂ ਜਾਣਦਾ ਇਸ ਦਰਿਆ ਨੂੰ ਵੀ ਕਿੱਥੋਂ ਟੁੱਟਦਾ ਹੈ ਕਦੋਂ ਟੁੱਟਦਾ ਹੈ। ਸੋ ਇਹਨਾਂ ਦੀ ਮਦਦ ਤੋਂ ਬਿਨਾਂ ਨਹੀਂ ਕੰਮ ਚੱਲ ਸਕਦਾ, ਤਾਂ ਕਰਕੇ ਮੈਂ ਇੱਥੇ ਆਇਆ ਕਿੱਥੇ ਉੱਥੇ ਗੁਰਦੁਆਰਾ ਸਾਹਿਬ ਚੱਲ ਤਿਆਰੀ ਕਰਕੇ ਇੱਥੇ ਮੌਕਾ ਦੇਖਣ ਦੀ ਬਜਾਏ ਪਹਿਲੀ ਆ ਜੀ, ਪਹਿਲੀ ਕੋਈ ਪ੍ਰਬੰਧ ਮੈਂ ਤਾਂ ਹੀ ਅੱਜ ਸਟੇਜ ਪਹੁੰਚੇ ਕਿ ਬੋਰੀਆਂ ਦਾ ਖਾਸ ਤੌਰ 'ਤੇ ਬੰਨ ਜਿਹੜੇ ਮੌਜੂਦ ਇੰਨੇ ਹੋਣਗੇ, ਮਤਲਬ ਕਈ ਵਾਰੀ ਇੰਚਸ 'ਤੇ ਹੀ ਲੰਘ ਜਾਂਦਾ, ਇੰਚਸ 'ਤੇ ਬਿਲਕੁਲ 5-7 ਇੰਚ ਹੋਰ ਹੋ ਜਾਂਦਾ ਤਾਂ ਮਾਰੇ ਗਏ ਸੀ, 5-7 ਇੰਚ ਥੱਲੇ ਰਹਿ ਗਿਆ ਜਾਂ ਬੋਰੀਆਂ ਵਧੀਆ ਲੱਗੀਆਂ ਹੋਈਆਂ ਸੀ। ਮੈਨੂੰ ਪਤਾ ਮੈਂ ਜਦੋਂ MP ਸੀਗਾ ਉਦੋਂ ਵੀ ਕਈ ਵਾਰੀ ਟੁਹਾਣੇ ਤੋਂ ਬੋਰੀਆਂ ਦਾ ਇੰਤਜ਼ਾਮ ਕਰਦੇ, ਕਈ ਵਾਰੀ ਕਹਿੰਦੇ JCB ਜਿਹੜੀ ਉੱਥੇ ਚੱਲਦੀ ਹੈ ਪਰਲੇ ਪਾਸੇ ਉਹ ਪੰਚਕੂਲੇ ਤੋਂ ਮਿਲਦੀ ਹੈ। ਸੋ ਅਸੀਂ ਕਿਹਾ ਪਹਿਲਾਂ ਹੀ ਕਰੀਏ, ਉਹ ਬੂਹੇ ਆਈ ਜੰਨ ਬਿਨੋ ਕੁੜੀ ਦੇ ਕੰਨ ਉਹ ਕੰਮ ਨਹੀਂ ਕਰਨਾ ਪਹਿਲਾਂ ਹੀ, ਕਿਉਂਕਿ ਲੋਕ ਆ ਜਿਹੜੇ ਪਬਲਿਕ ਆ ਇਹਨਾਂ ਤੋਂ ਵੱਧ ਕੋਈ ਨਹੀਂ ਜਾਣਦਾ ਇਸ ਦਰਿਆ ਨੂੰ ਵੀ ਕਿੱਥੋਂ ਟੁੱਟਦਾ ਹੈ ਕਦੋਂ ਟੁੱਟਦਾ ਹੈ। ਸੋ ਇਹਨਾਂ ਦੀ ਮਦਦ ਤੋਂ ਬਿਨਾਂ ਨਹੀਂ ਕੰਮ ਚੱਲ ਸਕਦਾ, ਤਾਂ ਕਰਕੇ ਮੈਂ ਇੱਥੇ ਆਇਆ ਕਿੱਥੇ ਉੱਥੇ ਗੁਰਦੁਆਰਾ ਸਾਹਿਬ ਚੱਲ ਤਿਆਰੀ ਕਰਕੇ ਇੱਥੇ ਮੌਕਾ ਦੇਖਣ ਦੀ ਬਜਾਏ ਪਹਿਲੀ ਆ ਜੀ, ਪਹਿਲੀ ਕੋਈ ਪ੍ਰਬੰਧ ਮੈਂ ਤਾਂ ਹੀ ਅੱਜ ਸਟੇਜ ਪਹੁੰਚੇ ਕਿ ਬੋਰੀਆਂ ਦਾ ਖਾਸ ਤੌਰ 'ਤੇ ਬੰਨ ਜਿਹੜੇ ਮੌਜੂਦ ਇੰਨੇ ਹੋਣਗੇ, ਮਤਲਬ ਕਈ ਵਾਰੀ ਇੰਚਸ 'ਤੇ ਹੀ ਲੰਘ ਜਾਂਦਾ, ਇੰਚਸ 'ਤੇ ਬਿਲਕੁਲ 5-7 ਇੰਚ ਹੋਰ ਹੋ ਜਾਂਦਾ ਤਾਂ ਮਾਰੇ ਗਏ ਸੀ, 5-7 ਇੰਚ ਥੱਲੇ ਰਹਿ ਗਿਆ ਜਾਂ ਬੋਰੀਆਂ ਵਧੀਆ ਲੱਗੀਆਂ ਹੋਈਆਂ ਸੀ। ਮੈਨੂੰ ਪਤਾ ਮੈਂ ਜਦੋਂ MP ਸੀਗਾ ਉਦੋਂ ਵੀ ਕਈ ਵਾਰੀ ਟੁਹਾਣੇ ਤੋਂ ਬੋਰੀਆਂ ਦਾ ਇੰਤਜ਼ਾਮ ਕਰਦੇ, ਕਈ ਵਾਰੀ ਕਹਿੰਦੇ JCB ਜਿਹੜੀ ਉੱਥੇ ਚੱਲਦੀ ਹੈ ਪਰਲੇ ਪਾਸੇ ਉਹ ਪੰਚਕੂਲੇ ਤੋਂ ਮਿਲਦੀ ਹੈ। ਸੋ ਅਸੀਂ ਕਿਹਾ ਪਹਿਲਾਂ ਹੀ ਕਰੀਏ, ਉਹ ਬੂਹੇ ਆਈ ਜੰਨ ਬਿਨੋ ਕੁੜੀ ਦੇ ਕੰਨ ਉਹ ਕੰਮ ਨਹੀਂ ਕਰਨਾ ਪਹਿਲਾਂ ਹੀ, ਕਿਉਂਕਿ ਲੋਕ ਆ ਜਿਹੜੇ ਪਬਲਿਕ ਆ ਇਹਨਾਂ ਤੋਂ ਵੱਧ ਕੋਈ ਨਹੀਂ ਜਾਣਦਾ ਇਸ ਦਰਿਆ ਨੂੰ ਵੀ ਕਿੱਥੋਂ ਟੁੱਟਦਾ ਹੈ ਕਦੋਂ ਟੁੱਟਦਾ ਹੈ। ਸੋ ਇਹਨਾਂ ਦੀ ਮਦਦ ਤੋਂ ਬਿਨਾਂ ਨਹੀਂ ਕੰਮ ਚੱਲ ਸਕਦਾ, ਤਾਂ ਕਰਕੇ ਮੈਂ ਇੱਥੇ ਆਇਆ ਕਿੱਥੇ ਉੱਥੇ ਗੁਰਦੁਆਰਾ ਸਾਹਿਬ ਚੱਲ ਗੁਰਦੁਆਰਾ ਸਾਹਿਬ ਚੱਲ।